ਹੈਲੋ एवरीवन ਮੈਂ ਹਰਪ੍ਰੀਤ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰਨੀਆਂ ਚਾਹਣਾ ਹਾਂ ਜਿਵੇਂ ਕਿ ਆਪਾਂ ਨੂੰ ਪਤਾ ਲੱਗ ਹੀ ਚੁੱਕਿਆ ਹੈ ਕਿ ਪੰਜਾਬ ਪਟਵਾਰੀ ਦਾ ਕਾਉਂਸਲਿੰਗ ਦਾ ਜੋ ਸ਼ੈਡਿਊਲ ਹੈ ਉਹਦੇ ਲਈ ਇੱਕ ਨੋਟੀਫਿਕੇਸ਼ਨ ਪੀ ਟ੍ਰਿਪਲ ਐਸ ਬੀ ਵੱਲੋਂ ਜਾਰੀ ਹੋ ਚੁੱਕਿਆ ਹੈ ਕਿ ਕਾਉਂਸਲਿੰਗ ਦੇ ਸ਼ੈਡਿਊਲ ਕਦੋਂ ਤੋਂ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਉਸ ਜੋ ਨੋਟੀਫਿਕੇਸ਼ਨ ਅਕੋਰਡਿੰਗ 9 ਤਰੀਕ ਉਹਨਾਂ ਨੇ ਦੱਸੀ ਹੋਈ ਹੈ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਸ਼ੇਅਰ ਕਰਨ ਵਾਲਾ ਹਾਂ ਜਿਸ ਨੂੰ ਸੁਣਨ ਤੋਂ ਬਾਅਦ ਸ਼ਾਇਦ 200 ਪਲੱਸ ਬੱਚੇ ਨੂੰ ਹੋਰ ਰੁਜ਼ਗਾਰ ਮਿਲਣ ਦੇ ਚਾਂਸਸ ਹੋ ਸਕਦੇ ਹਨ ਤਾਂ ਕੀ ਆ ਗੱਲਾਂ ਦੇਖੋ ਠੀਕ ਹੈ ਜਿਵੇਂ ਕਿ ਆਪਾਂ ਨੂੰ ਪਤਾ ਲੱਗ ਹੀ ਗਿਆ ਕਿ 9 ਦਸੰਬਰ ਨੂੰ ਕਾਉਂਸਲਿੰਗ ਸ਼ਡਿਊਲ ਆ ਜਿੰਨਾ ਬੱਚਾ ਨੇ ਕੋਆਪਰੇਟਿਵ ਬੈਂਕ ਦੇ ਵਿੱਚ ਜੁਆਇਨਿੰਗ ਹੋ ਚੁੱਕੀ ਆ ਤਾਂ ਪਲੀਜ਼ ਉਹ ਜ਼ਰੂਰ ਇਸ ਵੀਡੀਓ ਨੂੰ ਦੇਖਣ ਤੇ ਧਿਆਨ ਨਾਲ ਸਮਝਣ ਔਰ ਜੋ ਮੈਂ ਸੋ ਕਹੂੰਗਾ ਤਾਂ ਉਹਨੂੰ ਪੋਜੀਟਿਵਲੀ ਲੈਂਦਿਆਂ ਹੋਇਆਂ ਸੋਚ ਵਿਚਾਰ ਕੇ ਇਸ ਵੀਡੀਓ ਤੋਂ ਬਾਅਦ ਫੈਸਲਾ ਲੈਣਾ ਉਹ ਤੁਹਾਡੇ ਹੱਥ ਵਿੱਚ ਹੋਊਗਾ ਜਜਮੈਂਟ ਤੁਹਾਡੇ ਹੱਥ ਵਿੱਚ ਹੋਊਗੀ ਠੀਕ ਹੈ ਬਟ ਇੱਕ ਵਾਰੀ ਪਲੀਜ਼ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਜਿਵੇਂ ਕਿ ਦੇਖੋ ਯਾਰ ਉਹਨਾਂ ਨੇ ਐਦਾਂ ਕਰਕੇ ਲਿਸਟ ਇੱਕ ਜਾਰੀ ਕਰ ਦੇਣਗੇ ਬਿਆਲੇ ਵਾਲੇ ਬੱਚੇ ਆ ਇਹਨਾਂ ਨੂੰ ਕਾਉਂਸਲਿੰਗ ਵਾਸਤੇ ਬੁਲਾਇਆ ਜਾਊਗਾ ਠੀਕ ਹੈ ਤਿੰਨ ਗੁਣਾ ਵੱਧ ਸਕਦੇ ਹੁੰਦੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਮੰਨ ਲਓ ਹੁਣ ਆਲੇ ਬੱਚੇ ਆ ਠੀਕ ਹੈ ਉੱਪਰ ਵਾਲੇ ਬੱਚੇ ਆ ਇਹਨਾਂ ਦਾ ਨਾਮ ਆ ਰਿਹਾ ਔਰ ਇਹ ਕਾਉਂਸਲਿੰਗ ਦੇ ਵਿੱਚ ਪ੍ਰੈਜ਼েন্ট ਵੀ ਆ ਤਾਂ ਜਿਹੜੇ ਆਲੇ ਬੱਚੇ ਹੋਣਗੇ ਇਹਨਾਂ ਨੂੰ ਲਿਖ ਦੇਣਗੇ ਕਿ ਨਾਟ ਰਿਕਮੈਂਡਡ ਨਾਟ ਰਿਕਮੈਂਡਡ ਹਾਲਾਂਕਿ ਇਹਨਾਂ ਦਾ ਨਾਮ ਕੋਆਪਰੇਟਿਵ ਕਲਰਕ ਦੇ ਵਿੱਚ ਵੀ ਨਹੀਂ ਆਇਆ ਕਿਸੇ ਹੋਰ ਅਧਾਇਰੇ ਦੇ ਵਿੱਚ ਵੀ ਨਹੀਂ ਸਿਲੈਕਟ ਇਹ ਬੱਚੇ ਬੇਰੁਜ਼ਗਾਰ ਹੀ ਹਨ ਠੀਕ ਹੈ ਇਹ ਬੱਚਿਆਂ ਨੂੰ ਰੁਜ਼ਗਾਰ ਆਲ ਜਿਹੜੀ ਮਿਲ ਚੁੱਕਿਆ ਹੈ ਜਿਵੇਂ ਕੋਆਪਰੇਟਿਵ ਕਲਰਕ ਦੇ ਵਿੱਚ ਮੰਨ ਲਓ ਰੁਜ਼ਗਾਰ ਮਿਲ ਚੁੱਕਿਆ ਔਰ ਇਹਨਾਂ ਨੇ ਜੁਆਇਨ ਕਰ ਚੁੱਕੇ ਹਨ ਤਾਂ ਉਹ ਬੱਚੇ ਇੱਧਰ ਵੀ ਕਾਉਂਸਲਿੰਗ ਲਈ ਗਏ ਔਰ ਇਹਨਾਂ ਦਾ ਇੱਧਰ ਆ ਗਿਆ ਨਾਮ ਰਿਕਮੈਂਡ ਵਿੱਚ ਤੇ ਕਈ ਬੱਚੇ ਐਵੇਂ ਦੇ ਹੋਣਗੇ ਜਿਹੜੇ ਕੱਲਾ ਜੁਆਇਨਿੰਗ ਲੈਟਰ ਲੈ ਲੈਣਗੇ ਔਰ ਜੁਆਇਨ ਨਹੀਂ ਕਰਨਗੇ ਠੀਕ ਹੈ ਔਰ ਕਈ ਬੱਚੇ ਐਵੇਂ ਦੇ ਹਨ ਕਿ ਜਿਨ੍ਹਾਂ ਨੂੰ ਆਲਰੇਡੀ ਸਰਕਾਰੀ ਰੁਜ਼ਗਾਰ ਮਿਲਣ ਦੇ ਬਾਵਜੂਦ ਵੀ ਉਹ ਆਪਦਾ ਰੁਜ਼ਗਾਰ ਛੱਡ ਕੇ ਇੱਧਰ ਵੀ ਆਉਣਗੇ ਤੇ ਉਧਰਲੀ ਜੋ ਸੀਟ ਹੋਊਗੀ ਜਿਵੇਂ ਕੋਆਪਰੇਟਿਵ ਕਲਰਕ ਵਾਲੇ ਬੱਚੇ ਆ ਠੀਕ ਹੈ ਕੋਆਪਰੇਟਿਵ ਕਲਰਕ ਨੂੰ ਜੋ ਛੱਡ ਕੇ ਇੱਧਰ ਜੁਆਇਨ ਕਰਨਗੇ ਇੱਧਰ ਜੁਆਇਨ ਕਰਤਾ ਤਾਂ ਉਹਨਾਂ ਦੀ ਜਿਹੜੀ ਆਹਲੀ ਸੀਟ ਆ ਇਹ ਵੀ ਖਰਾਬ ਹੋ ਜੂਗੀ ਇਹ ਵੀ ਕਿਸੇ ਦੇ ਕੰਮ ਨਹੀਂ ਆਈ ਠੀਕ ਹੈ ਔਰ ਜਿਹੜੀ ਆਹਲੀ ਸੀਟ ਹੋ ਗਈ ਪਟਵਾਰੀ ਵਾਲੀ ਉਹ ਵੀ ਮਤਲਬ ਜਿਹੜਾ ਲੋੜਵੰਦ ਬੱਚਾ ਹੋਗਾ ਉਹਦੇ ਇਹ ਵੀ ਕੰਮ ਨਹੀਂ ਆਉਗੀ ਠੀਕ ਹੈ ਤਾਂ ਯਾਰ ਮੈਂ ਤੁਹਾਡੇ ਅੱਗੇ ਇੱਕ ਰਿਕੁਐਸਟ ਕਰਦਾ ਜਿਹੜੇ ਬੱਚਿਆਂ ਨੂੰ ਕੋਈ ਵੀ ਰੁਜ਼ਗਾਰ ਮਿਲ ਚੁੱਕਿਆ ਚਾਹੇ ਉਹ ਕਲਰਕ ਦਾ ਹੈ ਚਾਹੇ ਹੋਰ ਕਿਸੇ ਧਾਰੇ ਦੇ ਵਿੱਚ ਉਹ ਕਿਰਪਾ ਕਰਕੇ ਯਾਰ ਕਾਉਂਸਲਿੰਗ ਦੇ ਵਿੱਚ ਅਗਰ ਹੋ ਸਕੇ ਤਾਂ ਯਾਰ ਦੂਜਾਂ ਦਾ ਸੋਚ ਲਓ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ ਆ ਤਾਂ ਅਗਰ ਮਤਲਬ ਆਪਾਂ ਕਿਸੇ ਬਾਰੇ ਸੋਚਦੇ ਆਂ ਸ਼ਾਇਦ ਰੱਬ ਆਪਾਂ ਨੂੰ 10 ਗੁਣਾ ਵਧ ਦਿੰਦਾ ਠੀਕ ਹੈ ਅਗਰ ਆਪਾਂ ਇੱਕ ਕਦਮ ਵਨ ਸਟੈਪ ਆਪਾਂ ਵਧਾਉਣੇ ਆਂ ਤਾਂ ਰੱਬ ਆਪਣੇ ਆਲ 10 ਸਟੈਪ ਹੋਰ ਖੁਸ਼ੀਆਂ ਲੈ ਕੇ ਆਉਂਦਾ ਠੀਕ ਹੈ ਪਤਾ ਕੀ ਗੱਲ ਆ ਹੁਣ ਮੰਨ ਲਓ ਤੁਸੀਂ ਇਹ ਕਾਉਂਸਲਿੰਗ ਦੇ ਵਿੱਚ ਆ ਗਏ ਤੁਹਾਡਾ ਨਾਮ ਆ ਗਿਆ ਤੁਹਾਨੂੰ ਜੁਆਇਨਿੰਗ ਲੈਟਰ ਮਿਲ ਗਿਆ ਤੁਸੀਂ ਜੁਆਇਨ ਨਾ ਵੀ ਕੀਤਾ ਤਾਂ ਜਿਹੜਾ ਥੱਲੇ ਵਾਲਾ ਬੱਚਾ ਹੋਗਾ ਜਿਹਨੂੰ ਨਾਟ ਰეკਮੈਂਡ ਵਾਲਾ ਮੰਨ ਲਓ ਸਪੋਜ਼ ਕਰੋ ਇੱਥੋਂ ਤੱਕ ਚੱਕ ਲਿਆ ਆਹ ਵਾਲਾ ਬੱਚਾ ਜਿਹੜਾ ਥੱਲੇ ਇਹਦੇ ਜਸਟ ਥੱਲੇ ਸੀ ਇਹ ਵਾਲਾ ਰਹਿ ਗਿਆ ਠੀਕ ਹੈ ਇਹ ਲੋਡ ਵਨ ਸੀ ਇਹ ਔਰ ਇਕੱਲਾ ਲੈਟਰ ਲੈ ਕੇ ਆ ਗਿਆ ਠੀਕ ਹੈ ਉਹ ਕੀ ਹੋਊਗਾ ਹੁਣ ਇਹਦਾ ਨਾਮ ਵੇਟਿੰਗ ਵਿੱਚ ਆ ਜਾਊਗਾ ਹੁਣ ਇਹ ਪਤਾ ਨਹੀਂ ਕਦੋਂ ਨੂੰ ਵੇਟਿੰਗ ਵਾਲੇ ਬੁਲਾਉਣ ਉਹੀ ਪ੍ਰੋਸੈਸ ਦੁਆਰਾ ਹੋਊਗਾ ਤੇ ਕਦੋਂ ਨੂੰ ਉਹ ਮਤਲਬ ਇਹਨੂੰ ਨੌਕਰੀ ਮਿਲੂਗੀ ਵੋਟਾ ਨੇੜੇ ਆ ਪਤਾ ਨਹੀਂ ਇਹ ਵਾਲਾ ਪ੍ਰੋਸੈਸ ਹੋਵੇ ਵੀ ਕਿ ਨਾ ਸ਼ਾਇਦ ਵੇਟਿੰਗ ਲਿਸਟ ਨਾ ਬਣੇ ਤਾਂ ਯਾਰ ਮੈਂ ਇਹੀ ਤੁਹਾਡੇ ਅੱਗੇ ਰਿਕਵੈਸਟ ਕਰਦਾ ਅਗਰ ਤੁਸੀਂ ਐ ਸੋਚਦੇ ਹੋ ਨਾ ਕਿ ਹੁਣ ਯਾਰ ਮੈਨੂੰ ਇੱਕ ਰੁਜ਼ਗਾਰ ਮਿਲ ਚੁੱਕਿਆ ਤਾਂ ਮੈਂ ਸੈਟੀਸਫਾਈ ਹਾਂ ਹੈਨਾ ਤਾਂ ਹੋਰਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਯਾਰ ਪਲੀਜ਼ ਬੇਨਤੀ ਸਮਝੀ ਕੇ ਨਾ ਆਓ ਜੀ ਕਾਉਂਸਲਿੰਗ ਚ ਜਿਨ੍ਹਾਂ ਨੂੰ ਆਲਰੇਡੀ ਜੋਬ ਮਿਲ ਚੁੱਕੀ ਆ ਠੀਕ ਹੈ ਦੂਜਿਆਂ ਦਾ ਸ਼ਾਇਦ ਭਲਾ ਹੋ ਜੂ ਤੁਸੀਂ ਯਾਰ ਰੱਬ ਕਰੇ ਤੁਹਾਨੂੰ ਇਨਸਪੈਕਟਰ ਦੀ ਨੌਕਰੀ ਮਿਲੇ ਠੀਕ ਹੈ ਜਿਹੜਾ ਹੁਣ ਕੋਆਪਰੇਟਿਵ ਇਨਸਪੈਕਟਰ ਆ ਰੱਬ ਕਰੇ ਤੁਹਾਨੂੰ ਉਹ ਵਾਲੀ ਇਨਸਪੈਕਟਰ ਦੀ ਨੌਕਰੀ ਮਿਲੇ ਅਗਰ ਤੁਸੀਂ ਐਂ ਕਰਕੇ ਸੋਚਦੇ ਹੋ ਤਾਂ ਠੀਕ ਹੈ ਫੈਸਲਾ ਹੁਣ ਤੁਹਾਡੇ ਹੱਥ ਵਿੱਚ ਆ ਕਿ ਤੁਸੀਂ ਦੂਜਿਆਂ ਨੂੰ ਮੌਕਾ ਦੇਣ ਦੇ ਵਿੱਚ ਚਾਹੋ ਕੋ ਜਾਂ ਮਤਲਬ ਆਪਦਾ ਹੀ ਸੋਚਣਾ ਅਗਰ ਆਪਾਂ ਦੂਜਿਆਂ ਬਾਰੇ ਸੋਚਦੇ ਆ ਸ਼ਾਇਦ ਰੱਬ ਆਪਾਂ ਨੂੰ ਹੋਰ ਜ਼ਿਆਦਾ ਵਧੀਆ-ਵਧੀਆ ਪਲੇਟਫਾਰਮ ਬਖਸ਼ਦਾ ਅੱਗੇ ਜਾ ਕੇ ਹੋਰ ਖੁਸ਼ੀਆਂ ਦਿੰਦਾ ਯਾਰ ਤੁਸੀਂ ਇੱਕ ਵਾਰੀ ਕਰਕੇ ਤਾਂ ਦੇਖੋ ਕੀ ਫਰਕ ਪੈ ਜੂ ਉਹਦੇ ਵਿੱਚ ਕੀ ਆ ਪਟਵਾਰੀ ਚ ਸਗੋਂ 5000 ਤਨਖਾਹ ਭਾਵੇਂ ਤੁਸੀਂ ਐ ਸੋਚਦੇ ਹੋ ਵੀ ਸਾਲ ਬਾਅਦ ਵੱਧ ਜਾਣੀ ਆ ਹੁਣ ਸਾਲ ਤੁਸੀਂ ਯਾਰ ਮਤਲਬ ਇਹੀ ਤੁਸੀਂ ਸਾਲ ਆਪ ਦਾ ਮਤਲਬ ਆ 5-6 ਮਹੀਨੇ ਜਿਹੜੀ ਤਿਆਰੀ ਕੋਆਪਰੇਟਿਵ ਇਨਸਪੈਕਟਰ ਦੀ ਨਾਲ-ਨਾਲ ਕਰ ਸਕਦੇ ਹੋ ਕੋਆਪਰੇਟਿਵ ਕਲਰਕ ਦੇ ਹੁੰਦਿਆ ਹੋਇਆ ਵੀ ਤੁਸੀਂ ਕੋਆਪਰੇਟਿਵ ਇਨਸਪੈਕਟਰ ਦੀ ਤਿਆਰੀ ਕਰੋ ਜ਼ਰੂਰੀ ਤੁਸੀਂ ਪਟਵਾਰੀ ਦੇ ਵਿੱਚ ਹੀ ਮਤਲਬ ਐ ਸੋਚਦੇ ਆ ਵੀ ਅਸੀਂ ਪਟਵਾਰੀ ਰਹਿਣਾ ਕਿ ਸਾਰੀ ਉਮਰ ਆਪਾਂ ਇੱਕ ਥਾਂ ਤੇ ਸਟੇਬਲ ਰਹਿ ਸਕਦੇ ਆ ਨਹੀਂ ਨਾ ਤਾਂ ਯਾਰ ਜਿਨ੍ਹਾਂ ਨੂੰ ਰੁਜ਼ਗਾਰ ਮਿਲ ਗਿਆ ਕਿਰਪਾ ਕਰਕੇ ਜਰੂਰ ਧਿਆਨ ਦਿਨ ਅਤੇ ਦੂਜਿਆਂ ਨੂੰ ਵੀ ਜਰੂਰ ਮੌਕਾ ਦਿੱਤਾ ਜਾਵੇ ਯਾਰ ਠੀਕ ਹੈ ਤਾਂ ਜੋ ਸਾਰਿਆਂ ਨੂੰ ਮੌਕਾ ਮਿਲੇ ਔਰ ਸਾਰੇ ਦੇਖ ਸਕਣ ਕਿ ਯਾਰ ਸਰਕਾਰੀ ਨੌਕਰੀ ਵਾਕਿਆ ਹੁੰਦੀ ਕੀ ਚੀਜ਼ ਹੈ ਠੀਕ ਹੈ ਕਿਉਂਕਿ ਯਾਰ ਬਹੁਤ ਸਾਰੇ ਬੱਚੇ ਜਿਹੜੇ ਇੱਕ ਇੱਕ ਨੰਬਰ ਜਾਂ ਦੋ ਦੋ ਨੰਬਰ ਕਰਕੇ ਰਹਿ ਰਹੇ ਆ ਤਾਂ ਉਹਨਾਂ ਨੂੰ ਵੀ ਯਾਰ ਮੌਕਾ ਮਿਲਣਾ ਚਾਹੀਦਾ ਅਗਰ ਵੀਡੀਓ ਅੱਛੀ ਲੱਗੀ ਆ ਤਾਂ ਪਲੀਜ਼ ਇਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਬੱਚਾ ਜਿਹੜਾ ਕਿ ਆਲਰੇਡੀ ਜੁਆਇੰਡ ਆ ਉਹਨੂੰ ਪਤਾ ਲੱਗੇ ਔਰ ਉਹ ਸੋਚਣ ਤੇ ਉਹਨੂੰ ਜ਼ਰੂਰ ਸੋਚਣ ਤੇ ਮਜਬੂਰ ਹੋਵੇ ਕਿ ਯਾਰ ਉਹਨੂੰ ਦੂਜਿਆਂ ਲਈ ਵੀ ਮੌਕਾ ਦੇਣਾ ਚਾਹੀਦਾ ਹੈ ਨਾ ਕੀ ਫਰਕ ਪੈ ਜੂ ਉਹ ਵੀ ਕਲੈਰੀਕਲ ਲੈਵਲ ਦੀ ਹੈ ਪਟਵਾਰੀ ਕਿਹੜਾ ਬਾਲੀ ਅਫਸਰ ਲੈਵਲ ਦੀ ਹੈ ਉਹ ਵੀ ਕਲੈਰੀਕਲ ਲੈਵਲ ਦੀ ਹੈ ਨਾ ਸੋਚੋ ਕਿ ਅੱਜਕੱਲ ਪੈਸਾ ਜ਼ਿਆਦਾ ਬੰਦਾ ਅਗਰ ਤੁਸੀਂ ਪੈਸੇ ਬਾਰੇ ਸੋਚਦੇ ਆ ਤਾਂ ਯਾਰ ਰਿਸ਼ਵਤ ਤੇ ਸਾਰੀ ਉਮਰ ਕੱਢਣੀ ਮਤਲਬ ਐਦਾਂ ਨਹੀਂ ਹੁੰਦਾ ਨਾ ਬਸ ਇਨਸਾਨੀਅਤ ਨਾਂ ਦੀ ਵੀ ਇੱਕ ਚੀਜ਼ ਹੁੰਦੀ ਆ ਐ ਨਾ ਸੋਚੋ ਕਿ ਯਾਰ ਅਸੀਂ ਰਿਸ਼ਵਤ ਲਵਾਂਗੇ ਇੰਨੇ ਪੈਸੇ ਕਮਾਵਾਂਗੇ ਕਲਰਕ ਵਾਲੀ ਨੌਕਰੀ ਵੀ ਬਹੁਤ ਵਧੀਆ ਤੁਸੀਂ ਅੱਗੇ ਜਾ ਕੇ ਹੋਰ ਮਿਹਨਤ ਕਰੋ ਰੱਬ ਕਰੇ ਤੁਹਾਨੂੰ ਇਨਸਪੈਕਟਰ ਤੋਂ ਵੀ ਵੱਡਾ ਕੁਝ ਲਾਵੇ ਠੀਕ ਹੈ ਤਾਂ ਦੂਜਿਆਂ ਲਈ ਵੀ ਜ਼ਰੂਰ ਯਾਰ ਸੋਚੋ ਠੀਕ ਹੈ ਔਰ ਅਗਰ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਜੇ ਸ਼ੇਅਰ ਕਰ ਦਿਓ ਜੇ ਤੇ ਨਵੇਂ ਹੋ ਤਾਂ ਚੈਨਲ ਨੂੰ ਜੁਆਇਨ ਕਰ ਲਓ ਜੀ ਠੀਕ ਹੈ ਵੈਸੇ ਅੱਜ ਮੈਂ ਵੀਡੀਓ ਬਹੁਤ ਟਾਈਮ ਬਾਅਦ ਪਾ ਰਿਹਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਲੋਡ ਆ ਇਸ ਵੀਡੀਓ ਦੀ ਇਹ ਮੈਸੇਜ ਜ਼ਰੂਰ ਜਾਣਾ ਚਾਹੀਦਾ ਸੀ ਓਕੇ ਜੀ ਬਾਏ ਬਾਏ ਗੋਡ ਬlesਸ ਯੂ ਆਲ